किसानों ने जिहड़ा बिजली की समस्या नूं लैके जाम किया होया वड्डी गिणती दे विच किसान यूनियन वक्-वक् किसान यूनियन दे आगू मौजूद ने। गल्लबात कर लैंदे आ किसान यूनियन दे आगू नाल। हांजी, की नाम? धर्मेंद्र सिंह जी। जी सर, समस्या यह साढ़े लाइट नहीं आती। 10 घंटे सप्लाई दिती सी इन्होंने एक दिन छड्ड के, हुण कितने 2 घंटे आउंदी आ, कितने 1 घंटा आउंदी आ। कह दिंदे पावर कट हो गया जी, साढ़े पिछों बंद आउंदी आ सप्लाई। उहदे करके सारी हुण फसल दा आखरी पाणी आ, बिल्कुल फसल सिरे लगी हुई आ। आही 1 हफ्ते की जरूरत आ। जे फसल ना लाइट आउंदी आ, ना तां साडी कणक बीजी जाणी आ, ना साडी फसल किसे सिंजी ते पकदी हुई आ। इस करके साडा सारे पिंडां च सार तकरीबन सारे अमरगढ़ दे फीडर दे सारे पिंडां दी उह आ जी। ਇਹਦੀ ਵੀ ਸਰ ਸਾਨੂੰ ਇਹੀ ਮਜਬੂਰੀ ਆ, ਲਾਈਟ ਬਹੁਤ ਘੱਟ ਆ ਰਹੀ ਹੈ। ਸਿਰਫ ਲਾਈਟ 2 ਘੰਟੇ ਦੇ ਰਹੇ ਨੇ, ਕਿਸੇ ਨੂੰ 4 ਘੰਟੇ, ਕਿਸੇ ਨੂੰ 6 ਘੰਟੇ। ਅਸੀਂ ਕਿਹਾ ਵੀ ਸ਼ਡਿਊਲ ਬਰਾਬਰ ਕਰ ਦਿਓ, ਕਿਸੇ ਨੂੰ 4 ਘੰਟੇ ਦੇ ਰਹੇ ਹੋ, ਕਿਸੇ ਨੂੰ 6 ਘੰਟੇ ਦੇ ਰਹੇ ਹੋ, ਕਿਸੇ 2 ਘੰਟੇ ਦੇ ਰਹੇ ਹੋ, ਵੀ 2 ਘੰਟੇ ਨਾਲ ਕੀ ਬਣੂਗਾ? ਜ਼ਿਮੀਦਾਰ ਦਾ ਆਖਰੀ ਪਾਣੀ ਆ, ਆਖਰੀ ਪਾਣੀ ਦੇ ਜੇ ਫਿਰ ਅਸੀਂ ਕਣਕ ਕਿਸ ਤਰ੍ਹਾਂ ਬੀਜਾਂਗੇ? ਸਰ ਸਾਨੂੰ ਇਹ ਬਹੁਤ ਵੱਡੀ ਪ੍ਰੋਬਲਮ ਹੈ, ਘਰ ਅਸੀਂ ਜਾਮ ਲਾਇਆ। ਪਹਿਲਾਂ ਅਸੀਂ ਐਸਡੀਓ ਕੋਲ ਜਾ ਕੇ ਵੀ ਆਇਆ, ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਕਹਿੰਦੇ ਐਸਡੀਓ ਸਾਹਿਬ ਭਾਵ ਭੋਗਤੇ ਨੇ, ਫੋਨ ਨਹੀਂ ਚੱਕ ਰਹੇ। ਸਾਡੀ ਉਹ ਫਸਲ ਸਿਰੇ ਲੱਗੀ ਪਈ ਆ, ਜਾਂ ਸਾਡੀ ਕਣਕ ਬੀਜੀ ਆ, ਜਾਂ ਸਾਡਾ ਝੋਨਾ ਪੱਕਿਆ ਜਾਵੇ ਜੀ। ਬਾਰਾਂ ਹਜ਼ਾਰ ਠੇਕੇ ਜ਼ਮੀਨ ਆ ਸਾਡੇ, ਫਸਲਾਂ ਮੱਚ ਰਹੀਆਂ ਜੀ, ਜ਼ਮੀਨਦਾਰ ਕਿੱਧਰ ਜਾਊਗਾ? ਅਸੀਂ ਜਨਰੇਟਰ ਲਾ ਨਹੀਂ ਸਕਦੇ, ਠੀਕ ਹੈ ਜੀ। ਸਾਨੂੰ 10 ਘੰਟੇ ਲਾਈਟ ਕਿਹਾ ਵੀ ਟੀਏ ਦਿਨ ਲਾਈਟ ਦੇਵਾਂਗੇ, 10 ਘੰਟੇ ਦੇਵਾਂਗੇ, ਸਾਨੂੰ ਦਿੱਤੀ ਨਹੀਂ 10 ਘੰਟੇ, 2 ਘੰਟੇ, 3 ਘੰਟੇ, 4 ਘੰਟੇ। ਅਸੀਂ ਮੋਟਰਾਂ 'ਤੇ ਭੱਜੇ ਫਿਰੀ ਜਾਂਦੇ, ਪੈਟਰੋਲ ਫੂਕਦੇ, 100 ਰੁਪਏ ਲੀਟਰ ਪੈਟਰੋਲ ਹੈ, ਸੁੱਕ ਰਹੀ ਆ, ਬਿਲਕੁਲ ਸੁੱਕ ਰਹੀ ਹੈ। ਜਾ ਕੇ ਦੇਖ ਸਕਦੇ ਹੋ, ਸਾਡਾ ਮੌਕਾ। ਬਹੁਤ ਵੱਡਾ ਨੁਕਸਾਨ ਹੈ ਜੀ, ਬਹੁਤ ਵੱਡਾ ਨੁਕਸਾਨ ਹੈ।